इन्होंने कर्जा ज्यादा ले रखा सी, बस टेंशन दी मार गई, बस खुदकुशी कर ली इन्होंने। मेरा साइंस दे विच बहुत इंटरेस्ट है, मैं डॉक्टर बनना चाहनी हाँ, बट घर दे माड़े हालात करके मैं नहीं हो सकती। बहुत औखा लगता जी, आपदे आप नूं बहुत महसूस हुंदा अंदरों भी, जे इन्हां ने रेडी हुंदा भी तां हालात नहीं होने से साढ़े दे। इस बच्चे ते इस तरह दे होर हजारा बच्चियां दा फ्यूचर तुसी सवार सकते हो बाय स्पॉन्सरिंग देयर एजुकेशन। राजवीर कौर नू स्पॉन्सर करन लई कॉल करो रविदीप कौर मुक्ता 9726931077। पंजाब पिछले समय तो कई समस्यावां नाल जूझ रहा है, उन्हां विचों एक समस्या है कर्जे दी। पंजाब दी किसानी दे सिर ते कर्जे दा भार कदों वितों बाहर हो गया पता ही नहीं चलिया। घर दीआं लोड़ां ते खेती लई लए गए कर्ज़ कदों किसानां दे गल दा फंदा बन गए समझ ना पई। हरी क्रांति लियाउण वाली पंजाब दी धरती ते उसदे किसान दोवें ही इस दल दल विच धस गए। किसान कर्जे हेठां ते पंजाब दी धरती, पंजाब दी मिट्टी, पंजाब दी जमीन रिहां सप्रेहां दियां जहरां दे हेठां। ਜ਼ਮੀਨਾਂ ਬੈਂਕਾਂ ਕੋਲ ਪਲੱਜ ਹੋ ਗਈਆਂ ਅਤੇ ਕਿਸਾਨ ਖੁਦਕੁਸ਼ੀਆਂ ਦੇ ਰਾਹ 'ਤੇ ਤੁਰ ਪਏ। ਪ੍ਰੋਗਰਾਮ ਅਸਲ ਤਸਵੀਰ ਦੀ ਇਹ ਤਸਵੀਰ ਕਰਜ਼ੇ ਦੀ ਮਾਰ ਦੇ ਝੰਬੇ ਇੱਕ ਐਸੇ ਪਰਿਵਾਰ ਦੀ ਹੈ, ਇੱਕ ਐਸੇ ਕਿਸਾਨ ਪਰਿਵਾਰ ਦੀ ਹੈ ਜਿਹਦਾ ਕਮਾਊ ਪੁੱਤ ਕਰਜ਼ੇ ਨੇ ਉਹਨਾਂ ਤੋਂ ਖੋਹ ਲਿਆ। ਕੀ ਹੈ ਪੂਰੀ ਦਾਸਤਾਂ, ਆਓ ਜਾਣਦੇ ਹਾਂ। ਇਹਨੇ ਕਰਜ਼ਾ ਜ਼ਿਆਦਾ ਲੈ ਰੱਖਿਆ ਸੀ, ਬਸ ਟੈਂਸ਼ਨ ਦੀ ਮਾਰ ਗਈ, ਬਸ ਖੁਦਕੁਸ਼ੀ ਕਰ ਲਈ। ਮੇਰਾ ਸਾਇੰਸ ਦੇ ਵਿੱਚ ਬਹੁਤ ਇੰਟਰਸਟ ਹੈ, ਮੈਂ ਡਾਕਟਰ ਬਣਨਾ ਚਾਹੁੰਦੀ ਹਾਂ, ਮਤਲਬ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਚਾਹੁੰਦੀ ਹਾਂ, ਬਟ ਘਰ ਦੇ ਮਾੜੇ ਹਾਲਾਤਾਂ ਕਰਕੇ ਮੈਂ ਨਹੀਂ ਹੋ ਸਕਦੀ। ਬਹੁਤ ਔਖਾ ਲੱਗਦਾ ਜੀ, ਆਪਦੇ ਆਪ ਨੂੰ ਬਹੁਤ ਮਹਿਸੂਸ ਹੁੰਦਾ ਅੰਦਰੋਂ ਵੀ, ਜੇ ਇਹਨਾਂ ਨੇ ਰੈਡੀ ਹੁੰਦਾ ਵੀ ਤਾਂ ਹਾਲਾਤ ਨਹੀਂ ਹੋਣੇ ਸੀ ਸਾਡੇ ਦੇ। ਪਹਿਲਾਂ ਤਾਂ ਜੀ ਗੁੱਡੀਆਂ ਦੇਖਦੇ ਹੀ ਗਿਆ, ਰੱਬ ਤੈਨੂੰ ਗੁੱਡੀਆਂ ਦਿੱਤੀਆਂ ਪਰਮਾਤਮਾ ਨੇ, ਜੇ ਪੁੱਤ ਦਿੱਤਾ ਤੀ ਹੁਣ ਜਵਾਈ ਨੂੰ ਲੈ ਗਿਆ। ਬੱਚਿਆਂ ਦੀ ਜ਼ਿੰਦਗੀ ਬਹੁਤ ਖਰਾਬ ਹੋ ਜਾਂਦੀ ਹੈ, ਉਹਨਾਂ ਦਾ ਕੀ ਕਸੂਰ ਹੈ ਇਹਦੇ ਵਿੱਚ? ਸਹੀ ਕਹਿਣਾ ਚਾਹਾਂਗੀ, ਜੋ ਹੋ ਸਕੇ ਉਹਨਾਂ ਤੋਂ ਵੀ ਕੁਛ ਮਦਦ ਕਰ ਸਕਦੇ ਨੇ, ਗੁੜੀਆ ਦੀ ਅੱਗੇ ਪੜ੍ਹਾਈ ਕਰਵਾ ਸਕਦੇ ਨੇ ਉਹ ਕਰਵਾ ਦੇਣ ਜੀ। ਕੁਛ ਬੱਚਿਆਂ ਦੇ ਸੁਪਨੇ ਨੇ ਜੀ, ਉਹ ਪੂਰੇ ਹੋ ਜਾਣਗੇ, ਉਹ ਨਹੀਂ ਅਧੂਰੇ ਰਹਿ ਜਾਣਗੇ ਜੀ। ਬਸ ਪੰਜਾਬ 'ਚ ਹਜ਼ਾਰਾਂ ਘਰ, ਹਜ਼ਾਰਾਂ ਪਰਿਵਾਰ ਐਸੇ ਨੇ ਜਿਨ੍ਹਾਂ ਦੇ ਕਮਾਊ ਪੁੱਤ ਕਰਜ਼ੇ ਦੇ ਦੈਂਤ ਨੇ ਉਹਨਾਂ ਤੋਂ ਖੋਹ ਲਏ। ਐਸੇ ਹੀ ਇੱਕ ਘਰ ਦੇ ਵਿੱਚ, ਐਸੇ ਹੀ ਇੱਕ ਪਰਿਵਾਰ ਦੇ ਨਾਲ ਅੱਜ ਅਸੀਂ ਗੱਲਬਾਤ ਕਰਨ ਪਹੁੰਚੇ ਹੋਏ ਹਾਂ, ਜਿਨ੍ਹਾਂ ਦਾ ਕਮਾਊ ਪੁੱਤ ਇਸ ਕਰਜ਼ੇ ਦੇ ਦੈਂਤ ਨੇ ਖੋਹ ਲਿਆ। ਸਾਡੇ ਨਾਲ ਰਾਜਵੀਰ ਦੇ ਮੰਮੀ ਨੇ। ਸਤਿ ਸ਼੍ਰੀ ਅਕਾਲ ਜੀ। ਦੱਸ ਦੇਵਾਂ ਕਿ ਰਾਜਵੀਰ ਹਲੇ ਛੋਟੀ ਆ, ਪਰ ਉਹਦੇ ਸੁਪਨੇ ਬਹੁਤ ਵੱਡੇ ਨੇ, ਪਰ ਉਹਦੇ ਸੁਪਨੇ ਪੂਰੇ ਕਰਨ ਵਾਲਾ ਇਨਸਾਨ ਇਸ ਦੁਨੀਆ 'ਤੇ ਨਹੀਂ। ਉਹਦੇ ਮਾਤਾ ਜੀ ਤੋਂ ਜਾਣਦੇ ਹਾਂ ਕੀ ਹੋਇਆ ਸੀ, ਸਾਰੀ ਵਿੱਥਿਆ ਉਹਨਾਂ ਤੋਂ ਜਾਣਾਂਗੇ। ਥੋੜ੍ਹਾ ਜਿਹਾ ਪਰਿਵਾਰ ਬਾਰੇ ਦੱਸ ਦਿਓ, ਪਰਿਵਾਰ 'ਚ ਕੌਣ ਕੌਣ ਆ ਜੀ?
ਪਰਿਵਾਰ ਚ ਮੇਰੀ ਤਿੰਨ ਗੁੜੀਆਂ ਨੇ ਜੀ ਇੱਕ ਬੇਟਾ ਜੀ ਗੁੜੀਆ ਕਿੰਨੇ ਕਿੰਨੀ ਕੀ ਉਮਰ ਕੀ ਆ ਵੱਡੀ ਗੁੜੀਆ ਜੀ 15 ਸਾਲ ਦੀ ਆ ਰਾਜਵੀਰ 13 ਸਾਲ ਦੀ ਛੋਟੀ ਗੁੜੀਆ 9 ਸਾਲ ਦੀ ਮੁੰਡਾ 7 ਸਾਲ ਦਾ ਚਾਰ ਬੱਚੇ ਨੇ ਤਿੰਨ ਗੁੜੀਆ ਹਾਂਜੀ ਇੱਕ ਮੁੰਡਾ ਇੱਕ ਮੁੰਡਾ ਕੀ ਹੋਇਆ ਕੀ ਸੀਗਾ ਜੀ ਮੈਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸੋ ਕੁਛ ਹੋਇਆ ਤਾਂ ਬਸ ਜੀ ਉਹਨਾਂ ਨੇ ਕਰਜ਼ਾ ਜ਼ਿਆਦਾ ਲੈ ਰੱਖਿਆ ਸੀ ਬਸ ਕੁਛ ਕੁੜੀਆਂ ਦੇ ਚੱਕਰ 'ਚ ਵੀ ਬੱਚੇ ਜ਼ਿਆਦਾ ਨੇ ਵੀ ਟੈਨਸ਼ਨ ਦੀ ਮਾਰ ਜੀ ਬਸ ਖੁਦਕੁਸ਼ੀ ਕਰ ਲਈ ਕਿੰਨਾ ਚਿਰ ਹੋ ਗਿਆ ਡੇਢ ਸਾਲ ਹੋ ਗਿਆ ਜੀ ਮਹੀਨਾ ਕੁ ਉੱਪਰ ਹੋ ਗਿਆ ਡੇਢ ਸਾਲ ਤੋਂ ਕੀ ਹੋਇਆ ਸੀ ਕੀ ਕਰਿਆ ਸੀ ਸਪਰੇਅ ਪੀਤੀ ਸੀ ਮੇਰਾ ਨਾਮ ਰਾਜਵੀਰ ਕੌਰ ਹੈ ਮੈਂ 9ਵੀਂ ਜਮਾਤ ਵਿੱਚ ਪੜ੍ਹਦੀ ਹਾਂ ਅਕਾਲ ਅਕੈਡਮੀ ਮੁੰਡੇਰ ਸਕੂਲ ਦੇ ਵਿੱਚ ਅਤੇ ਮੇਰਾ ਸਾਇੰਸ ਦੇ ਵਿੱਚ ਬਹੁਤ ਇੰਟਰਸਟ ਹੈ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ ਬਾਹਰ ਜਾ ਕੇ ਮਤਲਬ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਚਾਹੁੰਦੀ ਹਾਂ ਬਟ ਘਰ ਦੇ ਮਾੜੇ ਹਾਲਾਤਾਂ ਕਰਕੇ ਮੈਂ ਨਹੀਂ ਹੋ ਸਕਦੀ ਮਾਸੂਮ ਮਨ ਦੇ ਉੱਤੇ ਬਹੁਤ ਹੀ ਅਸਰ ਹੁੰਦਾ ਹੈ ਬੜਾ ਕੋਮਲ ਮਨ ਹੁੰਦਾ ਬੱਚੇ ਦਾ ਪਰ ਮਾਂ ਬਾਪ ਦੋਨੇ ਹੀ ਲੋੜੀ ਦੇ ਹੁੰਦੇ ਨੇ ਬੱਚੇ ਨੂੰ ਤਾਂ ਬਾਪ ਦਾ ਸਾਇਆ ਨਹੀਂ ਹੈ ਰਾਜਵੀਰ ਦੇ ਸਿਰ 'ਤੇ ਪਰ ਰਾਜਵੀਰ ਦੇ ਸੁਪਨੇ ਬਹੁਤ ਵੱਡੇ ਨੇ ਡਾਕਟਰ ਬਣਨਾ ਚਾਹੁੰਦੀ ਹੈ ਜੋ ਕੁਛ ਉਹਨਾਂ ਨੇ ਪਿਤਾ ਨੇ ਕਰਨਾ ਸੀ ਉਹ ਮੈਨੂੰ ਕਰਨਾ ਪੈਂਦਾ ਇਕੱਲੀ ਨੂੰ ਜੇ ਜੋ ਉਹਨਾਂ ਦੇ ਸੁਪਨੇ ਨੇ ਉਹ ਵੀ ਪੂਰੇ ਕਰਨੇ ਜੀ ਬੱਚਿਆਂ ਨੂੰ ਦੇਖ ਕੇ ਹੁੰਦਾ ਤਾਂ ਬਹੁਤ ਕੁਛ ਫੀਲ ਹੈ ਜੀ ਫਿਰ ਕੁਛ ਕੀਤਾ ਵੀ ਨਹੀਂ ਜਾ ਸਕਦਾ ਇਸ ਬਾਰੇ ਤੁਹਾਡੇ ਲਈ ਕਿੰਨਾ ਕੁ ਔਖਾ ਹੈਗਾ ਹੁਣ ਜੇ ਮੈਂ ਪੁੱਛਾਂ ਕਮਾਈ ਦਾ ਸਾਧਨ ਕੀ ਆ ਘਰ ਦਾ ਬਸ ਕੁਛ ਨਹੀਂ ਜੀ ਬਸ ਕੋਈ ਕੱਪੜੇ ਕੁੱਪੜੇ ਸਿਲਾਈ ਕਰਦਾ ਨੇ ਜੀ ਕੁਛ ਜ਼ਮੀਨ ਦੇ ਆ ਜਾਣੇ 3 ਕਿੱਲੇ ਜ਼ਮੀਨ ਦੇ ਨੇ ਕੁਛ ਉਹਦੇ ਆ ਜਾਂਦੇ ਨੇ ਬਸ ਅਸੀਂ ਟਾਈਮ ਪਾਸ ਜਿਹਾ ਕਰ ਲੈਂਦੇ ਜੀ ਕੋਸ਼ਿਸ਼ ਤਾਂ ਇਹੀ ਰਹਿੰਦੀ ਵੀ ਜਿਹਨਾਂ ਦੀਆਂ ਲੋੜਾਂ ਪੂਰੀਆਂ ਹੋ ਸਕਣ ਪਰ ਕਦੇ ਕਦੇ ਹੁੰਦੀਆਂ ਵੀ ਨਹੀਂ ਜੀ ਟਾਈਮ 'ਤੇ ਕਈ ਵਾਰ ਤੁਹਾਨੂੰ ਲੱਗਦਾ ਨਹੀਂ ਜਦੋਂ ਹਰ ਇੱਕ ਪਾਸਿਓਂ ਮਤਲਬ ਜਿਵੇਂ ਤੁਹਾਡੇ ਹਸਬੈਂਡ ਸੀਗੇ ਉਹ ਸਾਰਾ ਦੇਖਦੇ ਸੀ ਹਾਂਜੀ ਹੁਣ ਉਸ ਥਾਂ 'ਤੇ ਤੁਹਾਨੂੰ ਦੇਖਣਾ ਪੈਂਦਾ ਮੈਨੂੰ ਸਾਰੀ ਕਿਤੇ ਜਾਣਾ ਪੈਂਦਾ ਸਾਰੀ ਜ਼ਿੰਮੇਵਾਰੀ ਗੱਲ ਪਈ ਔਖਾ ਤਾਂ ਬਹੁਤ ਹੁੰਦਾ ਜੀ ਮੈਂ ਸਕੂਲਾਂ 'ਚ ਵੀ ਜਾਣਾ ਹੋਰ ਵੀ ਕਿਤੇ ਇਹਨਾਂ ਨਾਲ ਜਾਣਾ ਜੀ ਪੜ੍ਹਾਉਣਾ ਕਿੰਨਾ ਕੁ ਔਖਾ ਇੰਨੀ ਮਹਿੰਗਾਈ 'ਚ ਬੱਚਾ ਮਹਿੰਗਾਈ ਤਾਂ ਜੀ ਉਹਨੂੰ ਬਹੁਤ ਜ਼ਿਆਦਾ ਹੋ ਰਹੀ ਇੱਕ ਬੱਚਾ ਹੀ ਅੱਜ ਕੱਲ੍ਹ ਦੋ ਬੱਚੇ ਪੜ੍ਹਾਉਣੇ ਔਖੇ ਚਾਰ ਤਾਂ ਬਹੁਤ ਜ਼ਿਆਦਾ ਔਖੇ ਹੈ ਜੀ ਜਿਹੜੇ ਹਿਸਾਬ ਨਾਲ ਤਾਂ ਮਹਿੰਗਾਈ ਵੱਧ ਰਹੀ ਹੈ ਜੀ ਕੁਛ ਕੀਤਾ ਵੀ ਨਹੀਂ ਜਾ ਸਕਦਾ ਜੀ ਫਿਰ ਕੀ ਸਾਰਾ ਦਿਨ ਨਾ ਤਾਂ ਰੋ ਕੇ ਜੀ ਟਾਈਮ ਪਾਸ ਕਰੇ ਜਾਂਦਾ ਫਿਰ ਆਪਦੀ ਮਿਹਨਤ ਕਰਦੇ ਹਾਂ ਬਸ ਬੱਚਿਆਂ ਨੂੰ ਪੜ੍ਹਾਉਣਾ ਸਿਲਾਈ ਦਾ ਕੰਮ ਕਰ ਲੈਂਦੇ ਜੀ ਮੱਝ ਰੱਖ ਰੱਖੀ ਹੈ ਮੱਝ ਸਾਂਭ ਲੈਣੀ ਜੀ ਧੀਆਂ ਨੂੰ ਵਿਆਹ ਕੇ ਮਾਪੇ ਸੁਰਖਰੂ ਹੋ ਜਾਂਦੇ ਨੇ ਪਰ ਕਈ ਵਾਰੀ ਮਾੜੇ ਲੇਖਾਂ ਦਾ ਵਰਕਾ ਜਦੋਂ ਖੁੱਲ੍ਹਦਾ ਤਾਂ ਸਾਰੀ ਜ਼ਿੰਦਗੀ ਦੇ ਦੁੱਖ ਉਹਨਾਂ ਦੇ ਸਾਹਮਣੇ ਆ ਜਾਂਦੇ ਨੇ ਸਾਡੇ ਨਾਲ ਇਸ ਵੇਲੇ ਉਸ ਭੈਣ ਦੇ ਮਾਤਾ ਨੇ ਜਿਨ੍ਹਾਂ ਦਾ ਜਵਾਈ ਇਸ ਦੁਨੀਆ 'ਤੇ ਨਹੀਂ ਹੈ ਇਸ ਵੇਲੇ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਕਿਵੇਂ ਲੱਗਦਾ ਤੁਸੀਂ ਹੁਣ ਇੱਥੇ ਰਹਿ ਰਹੇ ਹੋ ਆਪਣੀ ਬੇਟੀ ਘਰ ਪਰ ਬੇਟੀ ਘਰ ਰਹਿਣਾ ਕਿੰਨਾ ਕੁ ਔਖਾ ਬਹੁਤ ਔਖਾ ਜੀ ਕਾਹਨੂੰ ਰੱਬ ਬਿਠਾਵੇ ਪਿੱਠ ਕਰੇ ਬਹੁਤ ਔਖਾ ਉਹ ਤਾਂ ਜੀ ਮੇਰੇ ਮਗਰ ਸਰਦਾ ਮੈਂ ਤਾਂ ਬੈਠੀ ਹਾਂ ਜੀ ਜੇ ਮੇਰੇ ਮਗਰ ਧੀਆਂ ਪੁੱਤ ਚੰਗੇ ਨੇ ਨੂੰਹ ਚੰਗੀ ਹੈ ਤਾਂ ਬੈਠੀ ਹਾਂ ਜੀ ਮੈਂ ਨਹੀਂ ਮੈਂ ਬੈਠ ਨਹੀਂ ਸਕਦੀ 2 ਮਹੀਨੇ ਲਾ ਜਾਂ ਜੀ 3 ਮਹੀਨੇ ਲਾ ਜਾਂ ਮੈਂ ਦੇਹ ਤੋਂ ਬਾਹਰ ਪੈਰ ਨਹੀਂ ਦਫਾ ਸਕਦੀ ਮੈਨੂੰ ਤਾਂ ਤੁਰਿਆ ਹੀ ਨਹੀਂ ਜਾਂਦਾ ਗੋਡੇ ਦੁੱਖਦੇ ਨੇ ਸਮੁੰਦਰ ਹੀ ਰਹਿਣਾ ਜੀ ਜਿੰਨਾ ਵੀ ਚਿਰ ਰਹਿਣਾ ਜੀ ਮੈਨੂੰ ਲੈ ਕੇ ਜਾਣਾ ਲੈ ਕੇ ਛੱਡ ਕੇ ਜਾਣਾ ਪਰ ਜਦੋਂ ਕਹਿੰਦੇ ਹੁੰਦੇ ਆ ਮਾਂ ਪਿਓ ਕੁੜੀਆਂ ਦਾ ਵਿਆਹ ਤਾਂ ਐਂ ਕਰਦਾ ਚੱਲ ਸਾਰੀ ਜ਼ਿੰਦਗੀ ਖੁਸ਼ ਰਹਿਣਗੀਆਂ ਆਪਦੇ ਘਰੇ ਜਦ ਫਰਜ਼ ਲੈ ਗਿਆ ਵੀਰ ਜੀ ਐਂ ਹੋ ਜਾਂਦਾ ਫਿਰ ਹੁਣ ਜੀ ਕੀ ਕਰੀਏ ਫਿਰ ਪਰਮਾਤਮਾ ਨੇ ਪਾਈ ਹੈ ਨਿਭਾਉਣੀ ਪਊਗੀ ਮਾਂ ਪਿਓ ਨਿਭਾਉਂਦੇ ਆਏ ਠੀਕ ਹੈ ਸਾਰੀ ਫਿਰ ਲੁੱਕ ਚਿਪ ਗਿਆ ਆਪਾਂ ਤਾਂ ਲੁੱਕ ਜੰਮਣ ਵਾਲਿਆਂ ਤੋਂ ਧੀ ਦੇ ਮੂੰਹ ਕੰਨੀ ਵੇਖ ਕੇ ਕੀ
ਕੀ ਲੱਗਦਾ ਤੁਹਾਨੂੰ? ਪਹਿਲਾਂ ਤਾਂ ਜੀ ਗੁੱਡੀਆਂ ਦੇਖਦੇ ਹੀ ਗਿਆ ਰੱਬ ਤੈਨੂੰ ਗੁੱਡੀਆਂ ਦਿੱਤੀਆਂ ਪਰਮਾਤਮਾ ਨੇ, ਜੇ ਪੁੱਤ ਦਿੱਤਾ ਤੀ ਹੁਣ ਜਮਾਈ ਨੂੰ ਲੈ ਗਿਆ, ਫਿਰ ਆਪ ਨੂੰ ਤਾਂ ਜੀ ਟਾਈਮ ਲੰਘਾਉਣਾ ਪਊਗਾ, ਮਾੜਾ ਚੰਗਾ ਧੀ ਕੋਲ ਬੈਠਣਾ ਪਊਗਾ, ਹੈਂ ਧੀ ਨੂੰ ਕੋਈ ਧਲੇਸਾ ਵੀ ਦੇਣਾ ਪਊਗਾ। ਅਤੇ ਇੱਕ ਗੁੱਡੀ ਉੱਥੇ ਲਈ ਆ ਹਾਰ ਕੇ ਵੀ ਚੱਲ ਬਾਰ੍ਹਵੀਂ 'ਚ ਪੜ੍ਹਦੀ ਆ, ਚੱਲ ਵੀ ਇਹਨਾਂ ਦਾ ਮਹਾਰਾਜ ਚੰਗਾ ਲਿਖਿਆ ਹੋਵੇ ਜੀ ਸੱਚੇ ਪਾਤਸ਼ਾਹ ਅੱਗੇ ਵਾਸਤੇ, ਚੱਲ ਆਪਦੀ ਜ਼ਿੰਦਗੀ ਤਾਂ ਲੰਘ ਹੀ ਜਾਵੇ। ਜਦੋਂ ਕਮਾਉਣ ਵਾਲਾ ਘਰ 'ਚੋਂ ਤੁਰ ਜਾਂਦਾ ਬੇਬੇ ਤਾਂ ਵੈਸੇ ਬਹੁਤ ਔਖਾ ਹੋ ਜਾਂਦਾ ਹੈਗਾ, ਪਰ ਫਿਰ ਵੀ ਇਹ ਸਾਰੀਆਂ ਜ਼ਿੰਮੇਵਾਰੀਆਂ ਤੁਸੀਂ ਵੀ ਉੱਠ ਰਹੇ ਹੋ, ਤਾਂ ਘਰ ਦੇ ਹਾਲਾਤਾਂ ਬਾਰੇ ਥੋੜ੍ਹਾ ਜਿਹਾ ਦੱਸੋ ਸਾਨੂੰ। ਠੀਕ ਹੈ ਜੀ, ਹਾਲਾਤਾਂ ਬਾਰੇ ਤਾਂ ਬਸ ਤੁਹਾਨੂੰ ਪਤਾ ਹੀ ਹੈ ਜੀ, ਹੁਣ ਬਸ ਮੈਂ ਬੈਠੀ ਹਾਂਗੀ, ਮੈਂ ਜਿੰਨਾ ਚਿਰ ਮੈਂ ਰਹਿੰਦੀ ਹਾਂ ਕੋਈ ਆਉਂਦਾ ਨਹੀਂ, ਕੋਈ ਇਹਨੂੰ ਸਹਾਰਾ ਨਹੀਂ ਕਿਸੇ ਦਾ, ਸਾਂਝੇ ਕੰਮ ਚੱਲਦੇ ਨੇ, ਕੋਈ ਸਹਾਰਾ ਨਹੀਂ ਗਾ, ਬਸ ਇਹਨੂੰ ਕਿਤੇ ਲੈ ਕੇ ਜਾਣਾ ਤਾਂ ਵੀ ਕਿਸੇ ਗਵਾਂਢਣ ਨੇ ਲੈ ਕੇ ਜਾਣਾ ਹੈਗਾ, ਹੋਰ ਕਿਤੇ ਜਾਣਾ ਇਹਨੂੰ ਗਵਾਂਢ ਵੀ ਸੁੱਖ ਜ਼ਿਆਦਾ ਹੈਗਾ, ਘਰਦਿਆਂ ਦਾ ਸੁੱਖ ਕੋਈ ਨਹੀਂ। ਇਹ ਬੱਚੀ ਬਹੁਤ ਹੀ ਹੋਣਹਾਰ ਹੈ ਖੇਡਾਂ 'ਚ, ਪੜ੍ਹਾਈ 'ਚ ਅਤੇ ਆਰਟ ਐਂਡ ਕਰਾਫਟ ਵੀ ਬਹੁਤ ਅੱਛਾ ਕਰ ਰਹੀ ਹੈ। ਔਰ ਨਾ ਕੇਵਲ ਰਾਜਵੀਰ ਕੌਰ ਬਲਕਿ ਇਸ ਤਰ੍ਹਾਂ ਦੇ ਹੋਰ ਵੀ ਬੱਚੇ ਸਾਡੇ ਅੜੋਸ ਪੜੋਸ 'ਚ ਹੈਗੇ ਹੈ, ਪਿੰਡ ਮੰਡੇਰ ਅਤੇ ਹੋਰ ਜਗ੍ਹਾ ਤੋਂ ਜਿੱਥੇ ਤੋਂ ਬੱਚੇ ਆ ਰਹੇ ਹੈ, ਜਿਨ੍ਹਾਂ ਨੂੰ ਜਿਹੜੇ ਕਾਬਿਲ ਹੈਗੇ ਹੈ ਪਰ ਉਹਨਾਂ ਕੋਲ ਰਿਸੋਰਸਿਸ ਨਹੀਂ ਹੈ। ਸਾਧ ਸੰਗਤ ਜੀ, ਮੰਡੇਰ ਦੀ ਧਰਤੀ ਉਹ ਧਰਤੀ ਹੈਗੀ ਹੈ ਜਿੱਥੇ ਸੰਤ ਅਤਰ ਸਿੰਘ ਜੀ ਮਹਾਰਾਜ ਨੇ 40 ਦਿਨ ਤਪ ਕੀਤਾ ਹੋਇਆ, ਔਰ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਬੱਚਿਆਂ ਦੇ ਵਿੱਦਿਆ ਲਈ ਜਿਹੜੇ ਕੰਮ ਕੀਤੇ ਹੈ ਉਹ ਸਾਡੇ ਕਿਸੇ ਤੋਂ ਲੁਕਿਆ ਨਹੀਂ ਹੈ। ਔਰ ਉਹਨਾਂ ਨੇ ਇਹੀ ਕਿਹਾ ਕਿ ਅਗਰ ਅਸੀਂ ਇੱਕ ਬੇਟੀ ਨੂੰ ਪੜ੍ਹਾਉਂਦੇ ਹਾਂ ਤਾਂ ਅਸੀਂ ਦੋ ਕੁਲਾਂ ਨੂੰ ਪੜ੍ਹਾ ਦਿੰਦੇ ਹਾਂ। ਤਾਂ ਜਿਵੇਂ ਆਪਾਂ ਰਾਜਵੀਰ ਦੀ ਅਗਰ ਗੱਲ ਕਰੀਏ ਤਾਂ ਇਸ ਪਰਿਵਾਰ 'ਚ ਜਿਵੇਂ 3 ਹੋਰ ਬੇਟੀਆਂ ਸੀਗੀਆਂ, ਅਗਰ ਉਹ ਬੱਚੀ ਅੱਗੇ ਨਾ ਪੜ੍ਹਦੀ ਤਾਂ ਫਿਰ ਉਹਨਾਂ ਨੂੰ ਥੋੜ੍ਹੀ ਦੇਰ ਬਾਅਦ ਉਹਦੀ ਮੈਰਿਜ ਕਰ ਦੇਣੀ ਸੀਗੀ, ਅਤੇ ਬਸ ਉਸਨੇ ਵੀ ਉਹੀ ਇੱਕ ਜ਼ਿੰਦਗੀ ਜਿਉਣੀ ਸੀਗੀ, ਇੱਕ ਆਮ ਜਿਹੀ ਜ਼ਿੰਦਗੀ, ਉਸ ਬੱਚੇ ਦੀ ਕੋਈ ਵੀ ਕਾਬਲੀਅਤ ਸਾਡੇ ਸਾਹਮਣੇ ਨਹੀਂ ਆਉਣੀ ਸੀਗੀ। ਔਰ ਮਾਤਾ ਜਿਹੜੀ ਕਿ ਇਹਨਾਂ ਦਾ ਬੋਝ ਨਹੀਂ ਉਠਾ ਸਕਦੀ, ਉਹਦੀ ਹਾਲਤ ਬਹੁਤ ਹੀ ਦਯਨੀ ਸੀਗੀ ਉਸ ਵਕਤ। ਆਲਰੇਡੀ ਉਹਨਾਂ ਨੇ ਆਪਣੀ ਇੱਕ ਬੇਟੀ ਨੂੰ ਆਪਣੀ ਇੱਕ ਰਿਸ਼ਤੇਦਾਰ ਕੋਲ ਛੱਡਿਆ ਹੋਇਆ, ਔਰ ਮੇਰੇ ਖਿਆਲ 'ਚ ਕਿਸੇ ਵੀ ਮਾਤਾ ਲਈ ਇਹ ਬਹੁਤ ਹੀ ਦਰਦਨਾਕ ਇੱਕ ਪੀੜਾ ਹੁੰਦੀ ਹੈ ਜਦੋਂ ਉਹ ਆਪਣੀ ਕੁੱਖ ਤੋਂ ਜਾਈ ਸੰਤਾਨ ਨੂੰ ਕਿਸੇ ਹੋਰ ਦੇ ਹਵਾਲੇ ਕੇਵਲ ਇਸ ਕਰਕੇ ਕਰਦੀ ਹੈ ਕਿਉਂਕਿ ਉਹ ਉਹਦਾ ਖਰਚਾ ਨਹੀਂ ਚੱਕ ਸਕਦੀ ਹੈ। ਇਹਨਾਂ ਦੀ ਇੱਛਾ ਜੀ ਬਣਨ ਦੀ ਬੱਚਿਆਂ ਦੀ, ਮੈਂ ਚਾਹੁੰਦੀ ਹਾਂ ਵੀ ਇਹਨਾਂ ਦੀਆਂ ਇੱਛਾਵਾਂ ਪੂਰੀਆਂ ਹੋਣ ਜੀ, ਇਹ ਤਾਂ ਪੂਰੀ ਕੋਸ਼ਿਸ਼ ਆ ਜੀ ਮੇਰੀ ਵੀ। ਮੈਂ ਨਹੀਂ ਚਾਹੁੰਦੀ ਵੀ ਜਿਵੇਂ ਮੇਰੀ ਜ਼ਿੰਦਗੀ ਇਸ ਤਰ੍ਹਾਂ ਗੁਜ਼ਰ ਰਹੀ ਹੈ, ਇਹਨਾਂ ਦੀ ਵੀ ਗੁਜ਼ਰੇ ਵੀ ਇਹ ਵਧੀਆ ਆਪਦੇ ਸੁਪਨੇ ਪੂਰੇ ਕਰਨ, ਪੜ੍ਹ ਲਿਖ ਕੇ ਵਧੀਆ ਕੁਛ ਬਣ ਸਕਣ। ਉਹਨਾਂ ਦੀ ਵੀ ਇਹੀ ਕੋਸ਼ਿਸ਼ ਹੁੰਦੀ ਸੀ ਵੀ ਵਧੀਆ ਕੋਈ ਨੌਕਰੀ ਪ੍ਰਾਪਤ ਕਰਨੀ, ਵਧੀਆ ਪੜ੍ਹਾਈ 'ਚ ਵਧੀਆ ਹੋਣ ਜੀ। ਵੱਡੀ ਕੁੜੀ ਹੈ ਜੀ ਮੇਰੀ ਕੁਲਵੀਰ ਕੌਰ, ਪਲੱਸ 2 'ਚ ਪੜ੍ਹਦੀ ਜੀ, ਉਹ ਚਾਹੁੰਦੀ ਹੈ ਵੀ ਮੈਂ ਬਾਹਰ ਜਾਵਾਂ ਜੀ। ਸਾਡੇ ਵਾਸਤੇ ਤਾਂ ਸਾਰੇ ਹੀ ਖਿਲਾਫ਼ ਨੇ ਇਸ ਗੱਲ ਦੇ ਵੀ, ਉਹ ਚਾਹੁੰ ਉਹਨਾਂ ਨੂੰ ਲੱਗਦਾ ਵੀ ਇਹਦੀ ਮੰਮੀ ਇਸ ਤਰ੍ਹਾਂ ਕਰ ਨਹੀਂ ਸਕਦੀ, ਪਰ ਉਹਦੀ ਇਹੀ ਜਿੱਦ ਆ ਜੀ ਵੀ ਮੈਂ ਬਾਹਰ ਜਾਣਾ ਜੀ। ਮੈਂ ਵੀ ਚਾਹੁੰਦੀ ਹਾਂ ਵੀ ਮੈਂ ਸਾਰਾ ਕੁਛ ਕਰਕੇ ਦਿਖਾਵਾਂ ਜੀ, ਉਹਦਾ ਸੁਪਨਾ ਪੂਰਾ ਹੋਵੇ ਜੀ, ਘਰ ਦੇ ਹਾਲਾਤ ਠੀਕ ਕਰ ਸਕੇ ਜੀ, ਅੱਗੇ ਚੱਲ ਕੇ ਵਧੀਆ ਪੜ੍ਹਾਈ ਵਧੀਆ ਕਰ ਸਕੇ ਜੀ। ਬਾਕੀ ਉਹ ਕਰਜ਼ਾ ਤਾਂ ਉਸਦੀ ਆਪਣੀ ਜਗ੍ਹਾ ਹੀ ਖੜ੍ਹਾ ਹੈ ਜੀ, ਉਹਦਾ ਕੋਈ ਉਹ ਨਹੀਂ, ਬਸ ਕੁਛ ਮੇਰੇ ਪੇਕੇ ਸਪੋਰਟ ਕਰਦਾ ਨੇ ਜੀ, ਉਹਨਾਂ ਕਰਕੇ ਬਸ ਬੱਚਿਆਂ ਦੀ ਪੜ੍ਹਾਈ ਚੱਲੀ ਜਾਂਦੀ ਹੈ, ਵੱਡੀ ਹੈ ਕੁੜੀ ਉਹਨਾਂ ਕੋਲ ਰਹਿੰਦੀ ਹੈ ਜੀ, ਉਹੀ ਪੜ੍ਹਾਉਂਦੇ ਲਿਖਾਉਂਦੇ ਨੇ ਜੀ, ਛੋਟੇ ਬੱਚੇ ਮੇਰੇ ਕੋਲ ਪੜ੍ਹਦੇ ਨੇ ਜੀ। ਬਸ ਜੀ ਮੇਰੀ ਤਾਂ ਇਹੀ ਇੱਛਾ ਜੀ, ਬਸ ਬੱਚਿਆਂ ਦੀ ਪੜ੍ਹਾਈ ਵਾਸਤੇ ਜੇ ਕੋਈ ਮਦਦ ਕਰ ਸਕਦਾ ਜੀ, ਸਾਡੀ ਗੁੜੀਆ ਦਾ ਸੁਪਨੇ ਸਾਕਾਰ ਹੋ ਸਕਣ ਜੀ, ਬਸ ਇਹੀ ਚਾਹੁੰਦੇ ਹਾਂ ਜੀ, ਹੋਰ ਕੋਈ ਮੰਗ ਨਹੀਂ ਸਾਡੀ, ਬਸ ਇੰਨਾ ਇਛਾਵਾਂ ਪੂਰੀਆਂ ਹੋ ਜਾਣ ਜੀ, ਬਸ ਚਾਹੁੰਦੇ ਹਾਂ। ਜਦੋਂ ਇਹ ਬੱਚੀ ਅਕੈਡਮੀ 'ਚ ਆਈ, ਇਸਨੇ ਅਕੈਡਮੀ ਦਾ ਟੈਸਟ ਜਿਹੜਾ ਐਂਟਰੈਂਸ ਟੈਸਟ ਹੁੰਦਾ ਉਹ ਕੁਆਲੀਫਾਈ ਕੀਤਾ, ਇਹ 7ਵੀਂ 'ਚ ਸਾਡੇ ਕੋਲ ਆਈ ਸੀਗੀ, ਔਰ ਅੱਜ ਇਹ ਬੱਚੀ
बहुत ही अच्छा प्रदर्शित कर रही है हर क्षेत्र च। और आने वाले टाइम च मैं पूरा भरोसा है कि जदों ये बच्ची इत्थे तो पढ़ के जाएगी तो ये अपने परिवार को ही नहीं अपने समाज को भी एक नई दिशा देगी। इन्हां दे माता जी अज इन्हूं देख के बहुत खुश होंदे है ते उन्हां नूं एक आस दी किरण नज़र आंदी है कि जड़े उन्हां दे सारे सपने बिखर गए सन, रुल गए सन जदों उन्हां दे सिर ते उन्हां दे पति दा साया ना रहा। आप सब जी नूं बेनती है कि पंजाब ऑलरेडी अज असीं देख रहे हैं नशियां वल जा रहा है। अज असीं ऑलरेडी देख रहे हैं कि जदों भी बच्चे बारहवीं करदे है तो वह विदेशों वल भज रहे हैं, उन्हां नूं वह वाला एटमोसफेयर जड़ा अट्रैक्ट कर रहा। कलगीधर ट्रस्ट बड़ू साहब वालों अकाल अकैडमी मंडेर दे विच बहुत सारिया अजिहियां बच्चियां नूं सहूलतां दित्तियां जा रही ने जिन्हां दे परिवारां दे विच आर्थिक तंगियां करके वह अपने बच्चों नूं नहीं पढ़ा सकते। अजिही एक लड़की है राजवीर कौर पिंड मंडेरां तों। पिछे जी की होया, उन्हां दे पिता जी ने घर दे आर्थिक हालातां नूं ना सहारदे हुए उन्हां दी मौत हो गई सी। परंतु अकाल अकैडमी मंडेर ने उस बच्ची की बांह फड़ी ते बद तो बद उसनू योगदान दिता। मैं बेनती करना चाहना मेरे जिहड़े NRI भरा ने साडे पंजाब दे होर जिहड़ियां महान शख्सियत ने कि अजिहे बच्चों की जिहड़ी बांह है वह फड़ी जाए, अजिहे बच्चों नू अडोप्ट किया जाए ता जो वह भी पढ़ाई के खेत्र दे विच अगे जा सकन। जो मेरे गवांढ विचों जगदीश सिंह खुदकशी कर गया सी, उसकी बच्ची राजवीर कौर अकाल अकैडमी मंडेर विच पढ़ रही है, जो कि आर्थिक पक्षों बहुत ज़्यादा गरीब परिवार है। जगदीश सिंह दे सिर 10-12 लाख रुपये का कर्जा हो जाने के कारण वो कर्जे नूं ना सहन करता होया खुदकशी कर गया। पिछे 3 बच्चियां ते 1 बच्चा छड्ड गया, जो कि होर कोई उदलवे कर उसकी घर वाली मनदीप कौर लवे 2.5-3 किले जमीन है, होर कोई सहारा नहीं है, जो कि उस दिया बच्चियां या बच्चे नूं पढ़ाउण दा कोई होर कोई सहारा नहीं। इस करके उसकी वध तो वध राजवीर कौर की मदद करी जाए। पिंड च बहुत वधिया व्यवहार थी उह बंदे दा जी, खेती करन वाला बंदा थी, किसी नाल कोई कदे लड़िया नहीं थी, किसी झगड़िया नहीं थी किसी बंदे नाल भी, सारे पिंड चल सूख तो बिना बुलाई कम भग जाता थी अगले दिन, किसी नूं काम किन्नी कम कह दिंदा मेरे नाल चल उहदी वग जाणा बेचारा नरम बहुत ज़्यादा थे जी। पिंड च तां बहुत वधिया सी जी, उहदा हरेक नाल वरत वरतावा जी, सुभाव भी वधिया सी, काम भी बहुत सी करदे सी, मेहनत नाल हरेक काम जी वधिया करदे सीगे। उहनां दे सिर ते साडे बहुत वधिया चल रिहा सी सारा कुछ जी, हुण तां बहुत सिस्टम घर दा खराब हो गया जी। काम दा उहनां नूं खेतीबाड़ी दा बहुत इंट्रस्ट सी सारे कम्मां जी। अज लोड़ हैगी है सानू तुहाडे सारा दे साथ दी, ताकि असी वध तो वध बच्चों एजुकेशन दे सकीए, ताकि जिस समाज की असी कल्पना कर रहे हैं वो समाज वास्तव च असी ला सकीए। मेरे कोल हुण क्योंकि एडमिशन दे दिन चल रहे हैं, कल ही मेरे कोल एक माता जी आए सीगे जड़े लगभग मेरे कोल रो के गए पूरे कि मैं पढ़ाना चाहनी है अपनी बच्ची नूं विद्या देना चाहनी है, मेरी तो जिंदगी रुल गई पर मैं नहीं चाहती कि मेरी बच्ची की भी जिंदगी रुले, पर मैं उन्हां लई कुछ कर नहीं सकी कल लई। ये एक इंसीडेंस हैगा जिहड़ा मैं तुहाडे नाल शेयर कर रही हाँ, एक वाक्या तुहाडे नाल शेयर कर रही हाँ। इस तरह के होर बहुत से बच्चे हैं, अगर आपां थोड़ी जिही उदारता नाल काम करिए तो मेरे हिसाब दे नाल यही साडा सब तो वड्डा समाज लई योगदान होवेगा, यही साड़ी सब तो वड्डी तप ते तपस्या होएगी कि असी किसी दी जिंदगी च एजुकेशन लिया सकीए, विद्या लिया सकीए ते उहदा जीवन सफला कर सकीए।
राजवीर वर्गे होर हज़ारां बच्चे ने जिन्हां नूं तुहाडे सहारे की लोड़ है। पंजाब विच खुदकुशियां करन वाले किसानां की गिणती इन्नी आ ते उन्हां दे पिछे बचे हुए परिवार ते उन्हां दे बच्चे जिन्हां की पढ़ाई का जिम्मा तुसीं उठ सकदे हो। भावें कलगीधर ट्रस्ट बड़ू साहिब वल्लों फार्मर सुसाइड स्कीम के तहत इन्हां बच्चों नूं सहारा दिता जा रहा है, पर यह स्कीम भी तुहाडे सहयोग के नाल ही चलती है। तुसीं भी इस स्कीम का हिस्सा बन के राजवीर वर्गे होर हज़ारां बच्चों की जिंदगी सवार सकते हो। तो अखीर विच यही कहूँगा कि गुरुआं सानू सिख बनाया, सिखदे रहण नूं वडियाया, आओ सिखी कमाईए दसां नौहां की किरत कमाई, सिख्या उत्ते लाइए दसां नौहां की किरत कमाई, सिख्या उत्ते लाइए।